ਜਿੱਥੇ ਚਰਨਜੀਤ ਸਿੰਘ ਚੰਨੀ ਦੇ ਪੰਜਾਬ ਦੇ ਪ੍ਰਧਾਨ ਬਣਨ ਨੂੰ ਲੈ ਕੇ ਵਿਰੋਧੀਆਂ ਦੇ ਵੱਲੋਂ ਵੱਖ ਵੱਖ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਅਤੇ ਕਾਂਗਰਸ ਪਾਰਟੀ ਦੇ ਵਿੱਚ ਵੀ ਉਥਲ ਪੁਥਲ ਹੋ ਰਹੀ ਹੈ। ਉੱਥੇ ਬਟਾਲਾ ਦੇ ਫੇਜ਼ਪੁਰਾ ਇਲਾਕੇ ਦੇ ਵਿੱਚ ਇੱਕ ਢਾਬਾ ਚਲਾ ਰਹੇ ਸਾਬਕਾ ਫੌਜੀ ਮੱਖਣ ਸਿੰਘ ਦੇ ਵੱਲੋਂ ਚਰਨਜੀਤ ਸਿੰਘ ਚੰਨੀ ਦੇ ਪੰਜਾਬ ਦੇ ਮੁੱਖ ਮੰਤਰੀ ਬਣਨ ਨੂੰ ਲੈ ਕੇ ਇੱਕ ਵੱਖਰੇ ਢੰਗ ਦੇ ਨਾਲ ਖੁਸ਼ੀ ਮਨਾਈ ਜਾ ਰਹੀ ਹੈ। ਮੱਖਣ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਵੱਡੀ ਗੱਲ ਹੈ, ਦਲਿਤ ਵਰਗ ਨੂੰ ਇੱਕ ਵੱਡੀ ਨੁਮਾਇੰਦਗੀ ਮਿਲੀ ਹੈ ਅਤੇ ਉਹਨਾਂ ਕਿਹਾ ਕਿ ਹੁਣ ਵੱਡੀ ਉਮੀਦ ਹੈ ਕਿ ਮੁੱਖ ਤੌਰ 'ਤੇ ਦਲਿਤ ਅਤੇ ਗਰੀਬ ਲੋਕਾਂ ਦੀਆਂ ਮੰਗਾਂ ਦੀ ਸੁਣਵਾਈ ਹੋਵੇਗੀ ਅਤੇ ਉਹਨਾਂ ਕਿਹਾ ਕਿ ਉਹਨਾਂ ਨੂੰ ਇੱਕ ਵਾਕਈ ਖੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ। ਇਸ ਲਈ ਉਹਨਾਂ ਦੇ ਵੱਲੋਂ ਆਪਣੇ ਤੌਰ 'ਤੇ ਆਪਣੇ ਢਾਬੇ ਦੇ ਲੋਕਾਂ ਨੂੰ ਮੁਫਤ ਖਾਣਾ ਖਵਾਇਆ ਜਾ ਰਿਹਾ ਅਤੇ ਖੁਸ਼ੀ ਮਨਾਈ ਜਾ ਰਹੀ ਹੈ। ਉੱਥੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਢਾਬੇ ਦੇ ਮਾਲਕ ਸਾਬਕਾ ਫੌਜੀ ਇੱਕ ਅਨੇਕ ਇਨਸਾਨ ਹਨ ਅਤੇ ਪਿਛਲੇ ਲੰਬੇ ਸਮੇਂ ਤੋਂ ਉਹ ਲੋਕਾਂ ਦੀ ਅਤੇ ਖਾਸ ਤੌਰ 'ਤੇ ਇਲਾਕੇ ਵਿੱਚ ਰਹਿ ਰਹੇ ਗਰੀਬਾਂ ਦੀ ਮਦਦ ਕਰਦੇ ਆ ਰਹੇ ਨੇ। ਕਾਰਨ ਇਹਦਾ ਕੋਈ ਨਹੀਂ ਹੈ ਜੀ, ਸਾਡੇ ਸੁਪਨੇ ਬੜੇ ਜਦੋਂ ਤੋਂ ਅਸੀਂ ਆਪਣੇ ਬਚਪਨ ਤੋਂ ਹੋ ਸੰਭਾਲੀ ਆ, ਸਾਨੂੰ ਕੋਈ ਆਪਣੇ ਭਾਈਚਾਰੇ 'ਚ ਕੋਈ ਇੱਦਾਂ ਦਾ ਮੁੱਖ ਮੰਤਰੀ ਵੇਖਣ ਨੂੰ ਨਹੀਂ ਮਿਲਿਆ ਜਿੱਦਾਂ ਦਾ ਅੱਜ ਸਾਨੂੰ ਚੰਨੀ ਸਾਹਿਬ ਮੁੱਖ ਮੰਤਰੀ ਸਾਡੇ ਪੰਜਾਬ ਨੂੰ ਮਿਲੇ ਆ। ਹੁਣ 2-4 ਦਿਨਾਂ ਤੋਂ ਮੈਂ ਵੇਖਦਾ ਪਿਆ ਹਰੇਕ ਦੇ ਚਿਹਰੇ ਉੱਤੇ ਰੌਣਕ ਏ, ਉਹ ਚਿਹਰੇ 'ਤੇ ਹਾਸੇ ਝਲਦੇ ਪਏ ਆ ਜਿਹੜੇ ਸਾਡੇ ਪੰਜਾਬ ਦੀ ਬਿਲਕੁਲ ਬੁਰਾ ਹਾਲ ਹੋ ਚੁੱਕਿਆ ਸੀ ਉਹ ਅੱਜ ਹਰ ਇੱਕ ਚਿਹਰੇ 'ਤੇ ਮੈਨੂੰ ਰੌਣਕ ਨਜ਼ਰ ਆ ਰਹੀ ਆ। ਇੱਕ ਤਾਂ ਚੰਨੀ ਸਾਹਿਬ ਜੀ ਜਦੋਂ ਵੇਖ ਲੈਂਦੇ ਨੇ, ਇੱਕ ਤਾਂ ਚੰਨੀ ਸਾਹਿਬ ਜੀ ਜਦੋਂ ਆਪਣੀ ਸਿਕਿਉਰਿਟੀ ਨੂੰ ਕਹਿਤਾ ਕਿ ਮੈਨੂੰ ਤੁਸੀਂ ਪਿੱਛੇ ਰਹੋ ਔਰ ਮੈਨੂੰ ਆਮ ਜਨਤਾ ਵਿੱਚ ਘੁੰਮਣ ਦਿਉ, ਆਮ ਜਨਤਾ ਵਿੱਚ ਉਹ ਘੁੰਮਦੇ ਨੇ, ਉਹਨਾਂ ਦੀਆਂ ਗੱਲਾਂ ਪੁੱਛਦੇ ਨੇ ਅਤੇ ਇੰਨਾ ਮਨ ਨੂੰ ਖੁਸ਼ੀ ਹੁੰਦੀ ਆ ਕਿ ਇਹ ਸਾਨੂੰ ਅੱਜ ਤੋਂ ਪਹਿਲਾਂ ਕਿਉਂ ਨਹੀਂ ਮਿਲਿਆ। ਅਤੇ ਇਸ ਕਰਕੇ ਅਸੀਂ ਇਹਨਾਂ ਅੱਗੇ ਇਹੋ ਬੇਨਤੀ ਕਰਦੇ ਹਾਂ ਕਿ ਸਾਨੂੰ ਇੱਕ ਲੋਕਾਂ ਨੂੰ ਦਾਲ ਸਕੀਮ ਆਟੇ ਤੋਂ ਉੱਤੇ ਉੱਠ ਕੇ ਸਟੱਡੀ ਵਧੀਆ, ਉਹਨਾਂ ਦੀ ਸਕੂਲ ਗਰੀਬ ਦੇ ਬੱਚਿਆਂ ਦੀਆਂ ਫੀਸਾਂ ਮਾਫ਼ ਕੀਤੀਆਂ ਜਾਣ। ਡਾਕਟਰ ਅੰਬੇਦਕਰ ਸਾਹਿਬ ਦਾ ਜਿਹੜਾ ਸੁਪਨਾ ਸੀ ਕਿ ਮੈਂ ਹਰੇਕ ਬੰਦੇ ਨੂੰ ਚੰਗਾ ਪੜ੍ਹਿਆ ਲਿਖਿਆ ਸੂਝਵਾਨ ਬਣਾ ਸਕਾਂ, ਉੱਦਾਂ ਦਾ ਤੁਹਾਨੂੰ ਮੌਕਾ ਮਿਲਿਆ ਜੇ, ਉਹ ਮੌਕੇ ਨੂੰ ਗਵਾਇਓ ਨਾ, ਹਰੇਕ ਦੀ ਹੈਲਪ ਕਰੋ। ਸਰ ਅੱਜ ਦਾ ਪ੍ਰੋਗਰਾਮ ਇਹੋ ਹੀ ਵੀ ਇਹਨਾਂ ਦੇ ਮੁੱਖ ਮੰਤਰੀ ਬਣਨ ਦੀ ਖੁਸ਼ੀ ਵਿੱਚ ਆਪਾਂ ਇੱਕ ਦਿਨ ਦੀ ਰੋਟੀ ਫਰੀ ਕਰਤੀ ਆ, ਇਹੋ ਕੁਝ ਹੋ ਸਕਦਾ ਸੀ ਸਾਡੇ ਕੋਲ, ਜਿੰਨੀ ਕੁ ਕਾਬਲੀਅਤ ਸੀ ਉਨੀ ਕੁ ਆਪਾਂ ਚਲੋ ਕੀਤੀ ਆ। ਮੈਨੂੰ ਬੜੀ ਖੁਸ਼ੀ ਹੋਈ ਆ ਕਿ ਮੇਰੇ ਨਾਲ ਸਾਰੇ ਹੀ ਸਾਥੀ ਆਏ ਨੇ ਇਸ ਮੌਕੇ, ਬਾਕੀ ਤੁਸੀਂ ਸਾਥੀਆਂ ਕੋਲੋਂ ਪੁੱਛ ਸਕਦੇ ਹੋ ਜੀ, ਧੰਨਵਾਦ। ਸੁਖਵਿੰਦਰ ਜੀ ਕੀ ਕਾਰਨ ਆ ਜਿਹੜੀ ਵੀਰ ਆਪਣੇ ਢਾਬੇ ਰੋਟੀ ਫਰੀ ਕੀਤੀ? ਇਹ ਕਾਰਨ ਹੈ ਜੀ, ਇਹ ਸ਼ੁਰੂ ਤੋਂ ਬੜਾ ਦਲੇਰ ਬੰਦਾ ਰਿਹਾ ਫੌਜੀ ਸਾਹਿਬ ਨੇ, ਲੋਕਡਾਊਨਾਂ ਦੇ ਵਿੱਚ ਵੀ ਇਹਨਾਂ ਦੀ ਗਰੀਬਾਂ ਦੀ ਆਪਣੇ ਪਿੰਡ ਵਾਲਿਆਂ ਦੀ ਬਹੁਤ ਹੀ ਮਦਦ ਕੀਤੀ ਹੈ ਇਹਨਾਂ ਨੇ, ਕਿਉਂਕਿ ਨਾ 12 ਵਜੇ ਦਾ ਲੰਗਰ ਜਿਹੜਾ ਨਾ ਇਹਦੇ ਘਰੋਂ ਪੱਕ ਕੇ ਆਉਂਦਾ ਰਹੇ, ਹਰ ਗਲੀ ਅਤੇ ਮੁਹੱਲੇ ਦੇ ਵਿੱਚ ਗਲਗੀਏ ਘਰ ਘਰ 'ਚ ਵਰਤਾਉਂਦੇ ਰਹੇ ਸੀ। ਅਤੇ ਹੁਣ ਇਸ ਟਾਈਮ ਇਹਨਾਂ ਨੇ ਆਪਣੇ ਗਲਕੀ ਨਾ ਮੁੱਖ ਮੰਤਰੀ ਬਣਨ ਦੀ ਖੁਸ਼ੀ ਦੇ ਵਿੱਚ ਇਹਨਾਂ ਨੇ ਆਪਣੇ ਗਰੀਬ ਭੈਣ ਭਰਾਵਾਂ ਨੂੰ, ਗਰੀਬ ਤਬਕੇ ਨੂੰ, ਸਭ ਨੂੰ ਸੱਦ ਕੇ ਇਹਨਾਂ ਨੇ ਰੋਟੀ ਪਾਣੀ ਖਵਾਇਆ ਆ ਇਹਨਾਂ ਨੇ। ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਗਲਕੀ ਨਾ ਆਪਣੇ ਫੌਜੀ ਸਾਹਿਬ ਦਾ, ਬਹੁਤ ਹੀ ਬੀਬੇ ਬੰਦੇ ਨੇ ਸਾਡੇ ਪਿੰਡ ਦੇ। ਮੈਂ ਤਾਂ ਕਹਿੰਦਾ ਇਹਨਾਂ ਦੀਆਂ ਮਨੋਕਾਮਨਾ ਪੂਰੀਆਂ ਹੋਣੀਆਂ ਚਾਹੀਦੀ, ਇਹਨਾਂ ਦੇ ਮਨ ਦੀ ਚਾਹ ਆ ਵੀ ਇੱਥੇ ਲਾਇਬ੍ਰੇਰੀ ਆਵੇ, ਆਪਣੇ ਮਹਾਰਾਜ ਜੀ ਦਾ ਭੀਮਰਾ ਬਾਬਾ ਮੇਰਗੜ ਸਾਹਿਬ ਜੀ ਦਾ ਗਲਕੀ ਨਾ ਬੁੱਤ ਕਿਸੇ ਨਾ ਕਿਸੇ ਚੌਂਕ ਵਿੱਚ ਸਾਨੂੰ ਕੋਈ ਜਗ੍ਹਾ ਕਿਤੇ ਮਿਲੇ ਅਤੇ ਉੱਥੇ ਗਲਕੀ ਨਾ ਲਾਉਣ ਦਾ ਇਹਨਾਂ ਦਾ ਬਹੁਤ ਵੱਡਾ ਸੁਪਨਾ ਹੈ। ਆਵਾਜ਼ੀ ਕੰਮ ਟੀਵੀ ਲਈ ਬਟਾਲਾ ਤੋਂ ਵਿੱਕੀ ਬਟਾਲਾ ਦੀ ਰਿਪੋਰਟ।